ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਲੈ ਕੇ ਆਏ ਹਾਂ ਵਾਸਤੂ ਸ਼ਾਸਤਰ ਦੇ ਕੁਛ ਟਿਪਸ। ਰਸੋਈ ਵਿੱਚ ਇਹ ਚੀਜ਼ਾਂ ਬਿਲਕੁਲ ਵੀ ਨਾ ਰੱਖੋ, ਨਹੀਂ ਤਾਂ ਕਰਨਾ ਪਵੇਗਾ ਭਾਰੀ ਨੁਕਸਾਨ ਦਾ ਸਾਹਮਣਾ। ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਮੌਜੂਦ ਰਸੋਈ ਵਿਅਕਤੀ ਦੀ ਸਿਹਤ ਦੇ ਨਾਲ ਨਾਲ ਤਰੱਕੀ 'ਤੇ ਵੀ ਚੰਗਾ ਜਾਂ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਲਈ ਰਸੋਈ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ। ਰਸੋਈ ਨੂੰ ਸਹੀ ਦਿਸ਼ਾ ਵਿੱਚ ਰੱਖਣ ਦੇ ਨਾਲ ਨਾਲ ਉੱਥੇ ਰੱਖੀ ਹਰ ਚੀਜ਼ ਦਾ ਅਸਰ ਵੀ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿੱਥੇ ਵਾਸਤੂ ਨੁਕਸ ਹੁੰਦਾ ਹੈ ਉੱਥੇ ਬਰਕਤਾਂ ਦੂਰ ਹੋ ਜਾਂਦੀਆਂ ਹਨ ਅਤੇ ਧਨ ਦੀ ਕਮੀ ਹੋ ਜਾਂਦੀ ਹੈ। ਤਾਂ ਜਾਣ ਲਓ ਵਾਸਤੂ ਸ਼ਾਸਤਰ ਮੁਤਾਬਕ ਇਹਨਾਂ ਚੀਜ਼ਾਂ ਨੂੰ ਰਸੋਈ ਘਰ ਵਿੱਚ ਨਹੀਂ ਰੱਖਣਾ ਚਾਹੀਦਾ। ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਹੈ ਅਤੇ ਲਾਸਟ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਵੇਂ ਦੀ ਲੱਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ। ਨੰਬਰ 1, ਰਸੋਈ ਵਿੱਚ ਕਦੇ ਵੀ ਟੁੱਟੇ ਜਾਂ ਤਰੇੜ ਵਾਲੇ ਭਾਂਡੇ ਨਾ ਰੱਖੋ। ਜੇਕਰ ਹਨ ਤਾਂ ਇਹਨਾਂ ਨੂੰ ਤੁਰੰਤ ਹਟਾ ਦਿਓ, ਕਿਉਂਕਿ ਅਜਿਹੇ ਬਰਤਨ ਨਕਾਰਾਤਮਕ ਊਰਜਾ ਨੂੰ ਵਧਾਉਂਦੇ ਹਨ, ਜਿਸ ਕਾਰਨ ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਤਰੱਕੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਟੁੱਟੇ ਬਰਤਨ ਹੱਥ ਵਿੱਚ ਲੱਗ ਜਾਣ ਤਾਂ ਜ਼ਖਮੀ ਵੀ ਕਰ ਦਿੰਦੇ ਹਨ। ਨੰਬਰ 2, ਝਾੜੂ ਨੂੰ ਕਦੇ ਵੀ ਰਸੋਈ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਝਾੜੂ ਵਿੱਚ ਗੰਦਗੀ ਹੁੰਦੀ ਹੈ ਅਤੇ ਇਸ ਕਾਰਨ ਰਸੋਈ ਵਿੱਚ ਗੰਦਗੀ ਵੱਧ ਜਾਂਦੀ ਹੈ। ਰਸੋਈ ਵਿੱਚ ਮੈਂਬਰਾਂ ਲਈ ਭੋਜਨ ਤਿਆਰ ਕਰਦੇ ਹਾਂ ਅਤੇ ਜੇਕਰ ਝਾੜੂ ਹੋਵੇਗਾ ਤਾਂ ਉਹ ਗੰਦਗੀ ਦਾ ਘਰ ਬਣ ਜਾਵੇਗਾ, ਜਿਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਤੇ ਆਪਣਾ ਅਗਲਾ ਟਿਪਸ ਹੈ, ਰਸੋਈ ਵਿੱਚ ਐਲਮੀਨੀਅਮ ਦੇ ਬਰਤਨ ਨਹੀਂ ਰੱਖਣੇ ਚਾਹੀਦੇ, ਕਿਉਂਕਿ ਐਲਮੀਨੀਅਮ ਦੇ ਬਰਤਨ ਬਹੁਤ ਸਾਰੀਆਂ ਬਿਮਾਰੀਆਂ ਲਗਾਉਂਦੇ ਹਨ ਅਤੇ ਇਸ ਧਾਤ ਦੇ ਬਰਤਨ ਰੱਖਣ ਨਾਲ ਚਮੜੀ ਸਮੇਤ ਕਈ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਨੰਬਰ 4, ਰਸੋਈ ਵਿੱਚ ਕੀੜੇ ਮਕੌੜੇ ਮਾਰਨ ਵਾਲੀਆਂ ਕੀਟਨਾਸ਼ਕ ਦਵਾਈਆਂ ਵੀ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਇਸ ਨਾਲ ਨਕਾਰਾਤਮਕ ਊਰਜਾ ਤਾਂ ਵੱਧਦੀ ਹੀ ਹੈ ਅਤੇ ਜੇਕਰ ਇਹ ਖਾਣ ਵਾਲੀ ਥਾਂ 'ਤੇ ਜ਼ਹਿਰੀਲੇ ਮਤਲਬ ਕੀਟਨਾਸ਼ਕ ਗਿਰ ਜਾਣ ਤਾਂ ਆਪਣਾ ਖਾਣ ਵਾਲੇ ਪਦਾਰਥ ਵੀ ਖਤਰਨਾਕ ਹੋ ਜਾਂਦੇ ਹਨ ਅਤੇ ਕੋਈ ਵੀ ਨੁਕਸਾਨ ਹੋ ਸਕਦਾ ਹੈ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਨੂੰ ਆਲ 'ਤੇ ਕਰਨਾ ਨਾ ਭੁੱਲਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।